जन्म तारा कि जन्म हाडा पाकिस्तान का ही है पर उदो कही शाहीवाल जिला बड़ा तगड़ा गुरद्वारा ही हूं मैं गया मसीत बनाई गुरद्वारे साहब की मसीत बना ली मुसलमाना ने जो बंदे जाते ने दाखल कर शाहीवाल जिला शहर पे आप हुशियारपुर आहो सा शहर ही मेला झूठ मारी जी कि भाई उधर हां दजमरे दो आ गए इधर चार भाई हूं चार भाई सो उदो दो छोटा ही छोटा नाम जसवंत सिंह पिता जी किन्ने भाई सी सत भरा नथाने दे पुत्र सत हूं ना ला लो चाचा तैयार नरंजन सिंह चन्नन सिंह हरबंस सिंह करतार सिंह दलीप सिंह प्रीतम सिंह जोगिंदर सिंह एक भर्ती हो हरबंस सिंह नवा तला के आ गया चन्नन सिंह फौज नौकर सी वो इधर आके पुलिस आया ते दलीप सिंह ते करतार सिंह ते वाई करते हैं जोगिंदर सिंह छोटा ही सगो प्रीतम पढ़ता मुरबा हरे को दो हाँ बारह किले दिते मास्टर बारह किले एक हो सका दिते छे किले दिते छे दिते हाडे कर दिते तीनों के पासे मुरबा चार दे पासे नहर पानी नहर का लगता आहो सूआ की
ਅਸੀਂ ਤੇ ਨਿੱਕੇ ਨੇ ਕਪਾਹ ਦਿੰਦੇ ਰਹੇ, ਸ਼ਟਾਲਾ ਦਿੰਦੇ ਰਹੇ, ਕਣਕ ਦਿੰਦੇ ਰਹੇ, ਕੁਲਾ ਦਿੰਦੇ ਰਹੇ, ਹੋਰ ਤਾਂ ਕੁਛ ਨੀ ਹਾਂ ਵੇਖਿਆ। ਅੱਛਾ ਜੀ। ਬਚਪਨ ਦੇ ਵਿੱਚ ਇੰਨੇ ਕੁ ਹੁਣ ਮੁੰਡਾ ਮੇਰੇ ਪੱਠੇ ਚੁੱਕ ਕੇ ਜਾ ਕੇ ਮੈਂ ਬੜਾ ਖੁਸ਼ ਹਾਂ, ਸਾਡਾ ਪਿਓ ਖੁਸ਼ ਹੀ ਹੋਏਗਾ ਜਦੋਂ ਅਖਬਾਰ ਦੀਆਂ ਸੋਟੀਆਂ ਲੈ ਜਾਈਏ ਜੀ ਮਛੇਟੀ। ਅੱਛਾ। ਉਹਨੂੰ ਮਛੇਟੀ ਬੋਲਦੇ ਹਨ, ਹੁਣੇ ਇੱਧਰ ਫਿਰੋਜ਼ਪੁਰ ਅੱਛਾ ਵਿੱਚ ਬਣਦੀ ਉਹ ਕਪਾਹ, ਉਹਨੂੰ ਮਛੇਟੀ ਬੋਲਦੇ, ਬਾਬਾ ਨੇ ਖੁਸ਼ ਹੋਣਾ ਵੀ ਲੈ ਕੇ ਆਏ ਨੇ। ਹਾਂ ਅੱਛਾ। ਤੇ ਜਿਹੜਾ ਘਰ ਹੈ ਉਹਦੀ ਬਣਾਵਟ ਅੱਜ ਤੱਕ ਚੇਤੇ ਤੁਹਾਨੂੰ? ਘਰ ਕਿਹੋ ਜਿਹਾ ਸੀ ਤੁਹਾਡਾ? ਕੱਚਾ ਸੀ। ਕੱਚਾ ਸੀ, ਕੱਚਾ ਨਿਸ਼ਾਨੀ ਉਹਦੀ? ਸਾਡਾ ਬਾਜ਼ਾਰ ਹੁੰਦਾ ਸੀ 10 ਕੁ ਚੌੜਾ ਲੰਮਾ, ਚੌੜਾ ਹੋਇਆ ਲੰਮਾ ਦਾ ਪੂਰੇ ਪਿੰਡ ਦੇ ਵਿੱਚ ਆਉਂਦਾ ਹੋਇਆ, ਜਿਵੇਂ ਬਿੱਲੀ ਵਿੱਚ ਵੇਖੇ ਨਾ ਨਿੱਕਾ ਦਾ ਖੇਡਦਾ ਰਹਿੰਦਾ, ਇੱਧਰ ਬਿੱਲੀ ਬੱਚੇ ਹੀ ਖੇਡਦੇ ਨੇ, ਇੱਥੇ ਆ ਕੇ ਵੀ ਇੱਕ ਬਾਜ਼ਾਰ ਆਇਆ ਹੁੰਦਾ ਸੀ ਤੇ ਇੱਕ ਫੇਰ ਜਾ ਕੇ ਆਇਆ ਨੂੰ ਤੇ ਇੱਕ ਫੇਰ ਪਿੱਛੇ ਇੱਧਰ ਆਇਆ ਨੂੰ ਤਾਂ ਵੱਡਾ ਬਾਜ਼ਾਰ ਆ ਹੁੰਦਾ ਸੀ ਤੇ ਮੁੜ ਕੇ ਆਇਆ ਉਹਦੇ ਬਾਜ਼ਾਰ ਹੁੰਦੇ ਬਿੱਲੀ ਬੱਚਿਆਂ ਨੂੰ ਹੱਟੀਆਂ ਸਨ ਵਿੱਚ ਹੱਟੀਆਂ ਹਨ ਤੂੰ ਨਾ ਚੇਤੇ ਹੱਟੀ ਵਾਲੇ ਦਾ? ਇੱਕੋ ਇੱਕ ਦਾ ਨਾਂ ਚੇਤੇ, ਹੁਣ ਤੋਂ ਗਿਆ ਨੀ ਚੇਤੇ, ਗੋਗਲ ਖੱਤਰੀ। ਗੋਗਲ ਖੱਤਰੀ? ਹਾਂ। ਹੋਰ ਨੀ ਮੈਨੂੰ ਕਿਸੇ ਦਾ ਪਤਾ। ਬਚਪਨ ਚ ਹੱਟੀ ਤੇ ਜਾਂਦੇ ਹੁੰਦੇ ਹਾਂ, ਕੋਈ ਸਾਡਾ ਕੋਈ ਆਉਣਾ ਪੁਰਾਣਾ ਉਹਨੇ ਕੋਈ ਦਵਾਈ ਦੇਣੀ ਆਨਾ ਦੇਣਾ ਲੈ ਕੇ ਨਿਕਲ ਜਾਣਾ, ਚੀਟੇ ਨੇ ਮਾਰ ਦਿਆ। ਕੀ ਕੀ ਖੇਡਾਂ ਖੇਡਦੇ ਸੀ? ਬਸ ਮਿੱਟੀ ਹਾਂ, ਬੜਾ ਤਗੜਾ ਪਿੰਡ ਸੀ ਸਾਡਾ ਪਿੰਡ, ਇਕੱਠਾ ਕਿਤੇ ਨੀ ਏਦਾਂ ਸੀ, ਗਲੀਆਂ 10-10 ਕੁ ਚੌੜੀਆਂ ਸਨ ਆਖਣ ਤਲਿਆ, 10-10 ਗਾਜ ਰਵੇਜਾਂ ਵੱਧਾ ਸੀ ਪਿੰਡ, ਕਿਤੇ ਮੁਸਲਮਾਨ ਵੀ ਹੈਗੇ ਹਨ ਇੱਥੇ, ਉਹ ਪਾਸੇ ਘਰ ਮੁੰਡਾ ਬਾਹਰ ਚਾਹ ਕੇ ਦੱਸਦਾ ਹੈਗੇ ਹਨ ਮੁਸਲਮਾਨ, ਮੈਨੂੰ ਨਹੀਂ ਪਤਾ ਪਿਆ। ਅੱਛਾ, ਜਦੋਂ ਰੌਲੇ ਪਏ ਉਹਦਾ ਸੰਭਾਲ ਹੈ ਨਿਕਲੇ ਹੋ? ਮਾੜੇ ਮਾੜੇ ਸੰਭਾਲਿਓ ਜੀ, ਦੱਸੋ ਸਾਡੀ ਮਾਤਾ ਆਉਂਦੀ ਸੀ ਉੱਥੋਂ ਤੱਕ ਜਾਣਾ ਪੈ ਸੀ, ਕੋਈ ਦਵਾਨੀ ਚਵਾਨੀ ਨਹੀਂ ਸੀ ਲਈ, 12 ਨੇ ਹਰੀ ਮਾਤਾ ਲਏ ਹੈ ਉੱਥੋਂ ਹੀ, ਸ਼ਾਮਾਂ ਨੂੰ ਆ ਕੇ ਨਿਆਣਾ ਰਹੇਗਾ, 12 ਨੂੰ ਬੋਝੇ ਭਾਣ ਪਾਇਆ ਤੇ ਆ ਗਏ ਮੁੜ ਕੇ, ਆਹੋ ਤੁਰ ਪਏ ਮੁੜ ਕੇ, ਫਿਰ ਘਰ ਹੀ ਨੀ ਗਏ ਮਾਲਾ ਸਾਹਿਬ ਤੇ ਇਹ ਗੱਲਾਂ, ਕਿਉਂਕਿ ਨਿਆਣਾ ਕੋਈ ਰਹੇਗਾ ਵੀ ਚੀਜ਼ ਲੈ ਕੇ। ਤੋ ਪਿੰਡ ਤੇ ਚੱਕ ਤੇ ਹਮਲਾ ਹੋਇਆ ਕਿ ਆਪੇ ਤੁਰ ਪਏ? ਹਮਲਾ ਆਪੇ ਨਾਲ ਗਿਆ, 2-3 ਦਿਨ ਹੁੰਦਾ ਰਿਹਾ ਉੱਥੇ, ਹੁੰਦਾ ਰਿਹਾ ਮੁਕਾਬਲਾ ਕਰਦੇ ਰਹੇ, ਗੋਲੀ ਗਲੀ ਇੱਕ ਜਾਂਗਲੀ ਆਉਂਦੇ ਆ, ਹੋਰ ਹੈਗਾ ਤਾਂ ਮੁਸਲਮਾਨ ਕੋਈ ਨਾ ਹੋਏਗਾ, ਜੇ ਆਪਾਂ ਗੁਜਰਾਂ ਨੇ ਉਹ ਜਾਂਗਲੀ ਆ, ਕਦੀ ਕੋੜੀ ਭਜਾ ਕੇ ਐਮ ਚਲਾ ਗਿਆ, ਕਦੀ ਐਮ ਚਲਾ ਗਿਆ, ਤੇ ਫਿਰ ਇਹਦਾ ਸਾਡਾ ਸੱਕਾ ਹੀ ਲਾਭ ਸਿੰਘ ਉਹ ਇਹ ਰੱਖ ਲਾ, ਤੇ ਸਾਡਾ ਚਾਚਾ ਰੱਖਦਾ ਸੱਕਾ ਤੇ ਬੰਸ ਸਿੰਘ ਜੀ ਨੇ ਦੱਸਿਆ, ਤੇ ਫਿਰ ਉਹਨੇ ਆਖਿਆ ਬੁਰਾ ਮੈਨੂੰ ਫੜਾ ਗੋਲੀ ਰਫਾ, ਤੇ ਫਿਰ ਇਹਨੇ ਫੜੀ ਰਫਾ ਤੇ ਮਾਰੀ ਖਿੱਚ ਕੇ ਗੋਲੀ ਨਿਸ਼ਾਨਾ ਬੰਨ ਕੇ ਉਹ ਬੱਗੀ ਕੋੜੀ ਵਾਲਾ ਡਿੱਗ ਪਿਆ, ਤੇ ਮੁੜ ਕੇ ਉਹਨਾਂ ਫਿਰ ਭਾਜ ਪੈ ਗਈ, ਭੱਜ ਗਏ ਜਾਂਗਲੀਏ ਲੈ ਕੇ ਘੋੜੀਆਂ, ਜਾਂਗਲੀਆਂ ਹਮਲਾ ਕੀਤਾ ਸੀ, ਹਮਲਿਆ ਛੱਡ ਕੇ ਫਿਰ ਪਿੰਡ ਛੱਡਤਾ, ਦੇਖਿਆ ਵੀ ਹੁਣ ਕੰਮ ਖਰਾਬ ਹੋ ਗਿਆ, ਬੰਦਾ ਗਿਆ ਮਾਰ ਤੇ ਜ਼ਿਆਦਾ ਇਕੱਠੇ ਹੋ ਗਏ ਆਉਣਗੇ, ਪਿੰਡ ਛੱਡਤਾ ਤੇ ਪਿੰਡੋਂ ਨਿਕਲ ਕਿੱਥੇ ਆਏ? ਫਿਰ ਕੁੱਲਾ ਅੱਗੇ ਪੈਣੀ ਸੀ, ਇੰਨਾ ਨੀ ਮੈਨੂੰ ਸਮਾਲ, ਉਹ ਪਿੰਡ ਦੇ ਵਿੱਚ ਕੋਈ ਸਾਡੇ ਪਿੰਡ ਦੀ ਕੁੜੀ ਵੀ ਆਈ, ਉਹਦੇ ਕੋਲ ਫਿਰ ਗਏ ਲੋਕੀ, ਪੈਦਲ ਹੀ ਆਏ ਤੇ ਹੋਰ ਵੀ ਤੈਨੂੰ ਦੱਸਿਆ ਵੀ ਲੋਕ ਆਉਂਦੇ ਵੀ ਸ਼ਾਮਾਂ ਨੂੰ ਫਿਰ ਕੱਲ ਨੂੰ ਆ ਜਾਣਾ ਘਰ, ਉਹਾਂ ਘੜੀ ਦੀ ਘੜੀ ਹਮਲਾ ਹੋ ਗਏ ਇਹਨਾਂ ਚੜਿਆ ਜਾਣਾ, ਰਸਤੇ ਚ ਯਾਦ ਹੈ ਵੀ ਕਿੱਥੇ ਕਿੱਥੇ ਲੰਘੇ ਅਸੀਂ? ਕੋਈ ਇਹਨਾਂ ਆਉਂਦੇ ਆ ਫਾਜ਼ਿਲਕਾ ਮੰਗਲਾ, ਉਹ ਸੁਣੀਆਂ ਸੁਣੀਆਂ ਕਰਦਾ, ਮੈਂ ਉੱਥੋਂ ਹੀ ਲੰਘ ਕੇ ਆਏ, ਉੱਥੋਂ ਲੰਘ ਕੇ ਆਏ। ਹਾਂ ਹਾਂ, ਤੁਸੀਂ ਆਪਣੀ ਸੰਭਾਲ ਚ ਅੱਖਾਂ ਨੂੰ ਦੇਖਿਆ ਕਤਲ ਹੋਏ ਲਾਸ਼ਾਂ ਪਈਆਂ? ਨਿੱਕੇ ਨਿੱਕੇ ਇੱਕ ਤਰ੍ਹਾਂ ਮੁਰਦਾ ਪਿਆ ਨਾ, ਇਸੇ ਤਰ੍ਹਾਂ ਮੇਰੀ ਮਾਂ ਨੇ ਪਾਣਿਆ ਪਾਣੀ ਦੇ ਉਹਨੇ ਪੰਨੇ ਦਾ, ਅੱਛਾ ਪੰਨੇ ਦਾ ਵਿੱਚ ਪਾਣੀ ਦਾ ਮੁਰਦਾ ਪਿਆ ਨਾ, ਆਹੋ ਵੇਖਿਆ ਮੈਂ, ਮੈਂ ਆਖਾਂ ਮੈਂ ਨਹੀਂ ਪੀਣਾ, ਤੂੰ ਆਖ ਤੂੰ ਪਾਣੀ ਨਹੀਂ ਬਣਾ ਕੇ ਪੀਣਾ, ਪੀਲਾ ਨਹੀਂ ਤੇ ਫਿਰ ਚੱਲ ਦੋ। ਵੇਖਿਆ ਲਾਸ਼ਾਂ ਕਿੱਥੇ? ਬੰਗਲੇ ਕੋਲ ਆ ਕੇ? ਆਹੋ ਇੱਥੇ ਆਪਣੇ ਹਿੰਦੁਸਤਾਨ ਦੇ ਜਾਂ ਫਾਜ਼ਿਲ ਕੇ ਬੰਗਲੇ ਲੰਘੇ, ਗਾਹ ਫਿਰ ਆ ਕੇ ਫਿਰ ਬੰਗਲਾ ਲੰਘ ਕੇ ਬੈਠੇ ਹੋ? ਇਹ ਪਿੰਡ ਮਹਿਤਪੁਰ
ਮਹਿਤਪੁਰ ਮਨਸੂਰਪੁਰ ਤਹਿਸੀਲ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਇਹ ਤਹਿਸੀਲ ਸਾਡੀ ਪਹਿਲਾਂ ਇਹ ਦੱਸੂਆ ਹੁਣ ਬਣੀ ਹੈ ਅੱਧੇ ਘੱਟ ਆਇਆ ਕੋਈ ਟੇਠ ਕਹਿਣੇ ਬੈਠੇ ਨੇ ਕੋਈ ਉਹ ਕਾਲੇ ਬੱਕਰੇ ਬੈਠੇ ਨੇ ਕੋਈ ਫਿਰੋਜ਼ਪੁਰ ਚ ਬੈਠਾ ਕੋਈ ਅੰਮ੍ਰਿਤਸਰ ਚ ਬੈਠੇ ਨੇ ਟੇਠ ਕਹਿਣੇ ਵੀ ਹੈ ਨੇ ਅੱਛਾ ਕੇਰ ਸਿੰਘ ਝੰਡਾ ਸਿੰਘ ਸਦਾਗਰ ਜਾਗਰ ਸਿੰਘ ਖੋਜੀ ਪ੍ਰਤਾਪ ਸਿੰਘ ਤੇ ਨੱਥਾ ਸਿੰਘ ਦੀ ਲਾਦ ਤੇ ਮਾਸਟਰ ਫੌਜਾ ਸਿੰਘ ਤੇ ਦਵਾਨ ਸਿੰਘ ਬਹਾਦਰ ਸਿੰਘ ਆ ਘਰ ਆਏ ਇੱਕ ਗਿਆਨ ਸਿੰਘ ਘੁੰਮਣ ਠੀਕ ਹੈ ਘੁੰਮਣ ਫੈਮਿਲੀ ਆਈ ਇੱਕੋ ਘਰ ਘੁੰਮ ਦੂਜੇ ਸਾਰੇ ਕਾਹੋ ਦਾਦਾ ਬਾਬਾ ਇੱਕੋ ਹੀ ਝੰਡਾ ਸਿੰਘ ਕੇਰ ਸਿੰਘ ਤੇ ਜਾਗਰ ਸਿੰਘ ਤੇ ਪ੍ਰਤਾਪ ਸਿੰਘ ਇਹ ਸਾਰੇ ਇੱਧਰ ਗਏ ਹਨ ਇੱਕ ਹੋਰ ਮੈਂ ਨਾਂ ਸੁਣਿਆ ਉਹਨਾਂ ਦਾ ਉਹ ਨਾ ਮੂੰਹ ਨੂੰ ਚੇਤੇ ਗਿਆ ਉਹਨਾਂ ਜਿਹੜੇ ਇੱਥੇ ਰਹੀਆਂ ਨੇ ਉਹਨਾਂ ਦਾ ਦੱਸਣ ਲਿਆ ਇਹ ਗਏ ਤੁਸੀਂ ਪਿੰਡ ਆਏ ਮਹਿਤਪੁਰ ਇਹ ਪਿੰਡ ਕਿਹੋ ਜਿਹਾ ਸੀ ਇਹ ਵੀ ਢੱਠਾ ਢੁੱਠਾ ਸੀ ਪਿੰਡ ਹਾਂ ਲੋਕੀ ਲੈ ਗਏ ਲਾ ਲਿਓ ਕੋਈ ਸਮਾਨ ਜਿਹੜਾ ਚੰਗਾ ਲੋਕੀ ਲੈ ਗਏ ਲੋਕੀ ਲੈ ਗਏ ਪੱਕਾ ਵੀ ਐਸੀ ਘਰ ਇੱਥੇ ਕੋਈ ਨਹੀਂ ਪੱਕਾ ਕਹੋ ਉੱਥੇ ਦਾ ਘਰ ਸੀ ਬਲਜੀਤ ਦੇ ਰਾਣਾ ਠਾਣੀ ਦਾ ਉਹਦੇ ਲਾਗੇ ਘਰ ਇਹਦਾ ਗਰੀਬੀ ਲੋਕੀ ਕਰਦੇ ਕਿਸੇ ਨੂੰ ਫੜ ਲਏ ਲੱਭ ਲਏ ਕਿਸੇ ਨੂੰ ਨਾ ਲੱਭੇ ਕਿਸੇ ਨੂੰ ਨਾ ਲੱਭੇ ਇਸ ਤਰ੍ਹਾਂ ਕੋਈ ਕਮੇਟੀ ਕਮੇਟੀ ਨੀ ਹੋਣਾ ਪਟਿਆਲੇ ਫਿਰ ਇੱਧਰ ਆਏ ਲੱਭ ਰਹੇ ਨਹਿਰ ਸ਼ਹਿਰ ਲਾਗੇ ਹੋਵੇ ਸਕੂਲ ਲਾਗੇ ਹੋਵੇ ਤੇ ਨਹਿਰ ਹੋਵੇ ਆਹੋ ਇਹ ਸਾਨੂੰ ਪਈ ਰੁਪਈਏ ਨੀ ਸਾਨੂੰ ਪੈਣੇ ਇੱਕ ਮੁਰੱਬੇ ਦੇ ਚਾਰ ਚਾਰ ਮੁਰੱਬੇ ਦਵਾਨੀ ਚ ਲਾ ਤੂੰ ਮਿਲ ਜਾ ਪਾਣੀ ਬਹੁਤ ਆਉਂਦਾ ਪਾਣੀ ਬਹੁਤ ਲੈਲਪੁਰ ਦੇ ਮੁਕਾਬਲੇ ਚ ਬਣਾਉਂਦੇ ਆ ਉਹਦੇ ਮੁਕਾਬਲੇ ਮੱਕਈਆਂ ਤੇ ਫਿਰ ਸਿਆਲ ਦੀ ਬਾਹਰ ਚ ਕਣਕ ਤੇ ਕਮਾਲ ਇਹ ਤੇ ਛੋਲੇ ਛਾਲੇ ਜਾਊਗਾ ਅੰਬਾਂ ਦੇ ਬੂਟੇ ਵੀ ਚੰਗੇ ਹਨ ਸਭ ਵੱਡੇ ਗਏ ਕੋਈ ਮੱਝਾਂ ਪੈੜੀਆਂ ਲਾਟ ਹੋ ਗਈਆਂ ਪੱਕੀਆਂ ਬੂਟੇ ਵੱਢਣ ਨਾਲ ਰੁੱਖ ਪੱਧਰੀ ਕਰਦੇ ਮਾਰੇ ਲੱਖਾਂ ਵੇਚ ਦਿੱਤਾ ਤੂੰ ਵੇਚਿਆ ਮੈਂ ਵੇਚਤਾ ਦੂਜੇ ਵੇਚਤਾ ਜਿਹੜੀ ਮਸੀਤ ਹੈ ਸੀ ਇੱਥੇ
कमरा मसीद बना के मसीद ढाई दी लोग आख्या रब का ना ही है भावे कोई किसी धर्म का गुरुद्वारा कच्चा कमरा बना के महाराज का सोग लिया के मुड़के फिर उथे रखिया मुड़के गुरद्वारा भी चलता रहे एक पास मसीद कोई वर्तों च नहीं है अच्छा तरह सफाई सफुई कर छे पर वर्तों भी वर्तते नहीं है कोई समान तर दिए गुरद्वारे साहब कमरे चरना तो उड़ा शुरू होना बाद मसीद ढाती मुड़के मगरों आगे ढाई होना बड़े साल बाद वड्डा गुरुद्वारा गुरुद्वारा किया पक्की छोटी इत चूने की बारे कब्रस्तान किधर हुंदा सी कबरां जे तुसी आए कबरां भी होंगे जिथे मोटरसाइकिल भी खिला रहा ओ पासे भी परले मोड़ मुड़दा ना जिथे को चक्की जी है उथे भी होंगी है उधरों भला मोड़ का तक जाता बड़ा तकड़ा मोड़ हुंदा उथे कबरां नहीं कबरां दे कोल तकिया हुंदा सी हां नहर दे नाल चढ़ते महत्वपूर्ण है पता नहीं चमारा मिले नवा का पता चमार बुढ़े मर गए पुराना बुढ़ा कोई नहीं रहा की ना सी पुराणिया चमारा ने इन्होंने एक नबू राम एक होंगे है भगतू तो भगत ने मुंशी राम एक और मैं ना ही भूल गया आम आह मुसलमान मिलने वाले आप इन्होंने वाक भी कड़ दिया जिम्मे सा दरबार है ओके को जाना शेरपुर आए होने ना दरबार च नहीं नहीं सिर्फ पिंड चाहते पिंड कादियां का मुसलमान है कोई उन्होंने कोई रिश्तेदार लैके मुड़के साढ़े पिंड आए दो घर आए इतने एक कोठा है एक इतने छोटा जहा वो साढ़े टब्बर लाट होया तो लिखा है नूर मंत अच्छा जी हां नूर मंत लिखा होंगे अली नूर मंत नूर मुहम्मद हां थोड़ी थोड़ी संभाल है चक जो गल चेते आहो जितना जे पिछली पंजाब दी आलोकार वेख्या जे रहन सहन वेख्या जे उस हिसाब नाल असीं देर ते पछताउणे ते माड़ी गल बनी जे उधर रहिंदे उधर जिवें जन्म लिया सी उधर पलदे उधर जवान हुंदे ते खड़े असीं सुख देवे लोग आने भी घोड़िया मझा ने बलदा ने वास्ते बार ये मौजा लैन आए ने लुस लुस घोड़िया कर मझा कर मझा हो नीली बार दया मझा होंगे ए चे लैके तुरया नहीं जाता एडे लम्बे थान घोड़िया हो बलोची खुलिया और कन्ना आदिया खुला लवेरा खुला लवेरा एडे धोना आई गाइया हो अच्छा मंडी जाने मंडी का पता नहीं कपाह लोग उसे खड़ते हैं
नरमा कपाह जो सच्चे कपड़े बन दे नरमे के बन दे देसी कपाह दूजे लीड़े बन दे कुछ तेन घर की पछाण है अजे माड़े माड़े उत्तर मैं पूरा कि खड़ के छड़िया फिर माड़ा माड़ा लभ सकता अदा को दात्री रख के कई भोली जा सीधा टेवा लग जाए तो लग जाए हटिया मेन गुरद्वारे गुरुद्वारे जिथे गुरुद्वारे उथे घूम छड़ के कड़ के फिर मैं अपने घर न सीधे ही आ सकता इतने साडा घर है खुशियां मनानिया उन्होंने इनकी कोई चीज हम तो कुछ नहीं आंदी उन्होंने पैर हम नीह नहीं दी होनी जन्नी जन्नी लै गए ही चुनिया मार के आने नानके कि नानके नानके साडे लाहौर खत्री बड़ा तकड़ा रिश्तेदारी बथेरे तकड़े होना गल्लां सुन सुन के पूरा हाथ कुछ नी खटिया कमाया लिया समान चुकया घर दा थोड़ा पता समान ना ना कोई एक छल नहीं रही घर दी परमात्मा जानी हूं नहीं सक सकता ना इनी मैं साहब डिगनी है या मेरा ख्याल लोग पानी पी दग पे शामा ना आके पानी लावा मुड़के नसीब नहीं होया चलो ठीक है जी हाँ जी बहुत बहुत धन्यवाद यादा कुछ दो चार दिन पहले मैनु चढ़दे पंजाब दे शहर मोगा तो मेरी एक भैन करमजीत कौर का एक वॉइस मैसेज मिलिया जेड़ा के मैं तुहानू ही सुनवाना चाहना वीर ख्याम चौहान जी भैन वालों सत श्री अकाल कुर्बान करनी वीर जी मेरी तुहाडे अगे एक बेनती है तुसी अक्सर विछड़े लोगों नूं मिलाउंदे हो उम्मीद है मैनू भी मेरा पिंड दिखा के तुसी मेरी तमन्ना पूरी करोगे जिथे मेरे दादा जी दी निशानियां मेरे पुरखां दी पैड़ा मेरे पापा जी दी पैड़ा जिथे उन्हां दा बचपन बीतिया वीर जी मेरा देखण नूं बहुत दिल करदा है वीर जी पापा जी तां हुण इस दुनिया च नहीं रहेगे क्योंकि वह बेचारे दुनिया तो कहिंदे ही तुर गए मैं आपका पिंड देखने चक तित्तर तो दुनिया तो कहिंदे कहिंदे चल वसे वीर जी मैं तुहानूं कहिंनी मेरा पिंड चक तित्तर मैनु दिखा दिओ जदों पापा जी मेरे चक तित्तर फोन नूं याद करदे सी वीर जी उन्हां दा दिल भर आउंदा सी अक्खां चों हंझू वगण लग जांदे सी वीर जी मैनु उम्मीद है वीर जी प्लीज़ तुसीं मेरी इह तमन्ना पूरी करोगे वीर जी तुहाडी भैन करमजीत कौर चढ़दा पंजाब वीर जी जिस वेले मैं अपनी भैन करमजीत कौर नूं 73 फोर आर दे कुछ फोटो ते कुछ मूवी वट्सएप कीती तां इस दे जवाब विच जो उन्हां दे जज्बात सन जो उन्हां दा जवाब सी ओह भी सुनण नाल ताल्लुक रखदा है वीर ख्याम चौहान जी तुसीं मेरे 39 सालां दी तमन्ना अज पूरी कर दित्ती वीर जी
ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਕਿਸ ਲਫ਼ਜ਼ਾਂ ਨਾਲ ਸ਼ੁਕਰੀਆ ਅਦਾ ਕਰਾਂ। ਵੀਰ ਜੀ, ਮੈਂ ਤੁਹਾਡਾ ਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕੂੰਗੀ। ਤੁਸੀਂ ਮੇਰੇ ਦਾਦਾ ਜੀ, ਮੇਰੇ ਪਾਪਾ ਜੀ, ਮੇਰੇ ਦਾਦੀ ਜੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। 70 ਸਾਲ ਦੀਆਂ ਪਿਛਲੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਵੀਰ ਜੀ। ਮੈਂ 70 ਸਾਲ ਬਾਅਦ ਪਿੱਛੇ ਮੁੜ ਕੇ ਫਿਰ ਵਾਪਸ ਆਪਣੇ ਪਿੰਡ ਚਲੀ ਗਈ ਵੀਰ ਜੀ। ਮੈਂ ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਵੀਰ ਜੀ। ਰੱਬ ਸੋਹਣਾ ਤੁਹਾਨੂੰ ਖੁਸ਼ ਰੱਖੇ, ਤੁਹਾਨੂੰ ਤਰੱਕੀ ਬਖਸ਼ੇ ਵੀਰ ਜੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਭੈਣ ਕਰਮਜੀਤ ਕੌਰ, ਚੜ੍ਹਦਾ ਪੰਜਾਬ। ਵੀਰ ਜੀ, ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਜੀ ਪਹੁੰਚੇ ਹੋਏ ਹਾਂ ਪਿੰਡ 73-4R ਰੜੀ ਵਾਲਾ। ਔਰ ਇਹ 73-4R ਜਿਹੜਾ ਜ਼ਿਲ੍ਹਾ ਸਾਹੀਵਾਲ ਚ ਹੈ, ਪੁਰਾਣਾ ਇਹਦਾ ਨਾਮ ਮਿੰਟ ਕੁਮਰੀ ਹੁੰਦਾ ਸੀ। ਔਰ ਇੱਥੇ ਬਾਰੇ ਸਾਨੂੰ ਇੱਕ ਸਾਡੀ ਭੈਣ ਹੈ ਜੀ, ਪੰਜਾਬ 'ਚ ਰਹਿੰਦੀ ਆ, ਜਿਨ੍ਹਾਂ ਦੀ ਆਵਾਜ਼ ਤੁਸੀਂ ਥੋੜ੍ਹੀ ਦੇਰ ਪਹਿਲੇ ਸੁਣੀ, ਬੜੇ ਚਿਰਾਂ ਤੋਂ ਕਹਿ ਰਹੇ ਸੀ ਕਿ ਇਹ ਮੇਰੇ ਦਾਦੇ ਦਾ ਪਿੰਡ ਹੈ ਔਰ ਬਹੁਤ ਯਾਦ ਕਰਤਾ ਉਹਨਾਂ ਦਾ, ਅੱਖਾਂ ਭਰ ਆਉਂਦੀਆਂ ਨੇ। ਅਤੇ ਉਹਨਾਂ ਦੀ ਫਰਮਾਇਸ਼ 'ਤੇ ਅਸੀਂ ਆਏ ਔਰ ਸਾਡੀ ਖੁਸ਼ਕਿਸਮਤੀ ਕਿ ਸਾਨੂੰ ਇੱਕ ਇਹੋ ਜਿਹਾ ਬੰਦਾ ਲੱਭ ਗਿਆ ਇੱਥੇ, ਜਿਹਨੂੰ ਲੱਭਣ ਵਾਸਤੇ ਸਾਨੂੰ ਬਹੁਤ ਦੂਰ ਤੱਕ ਖੇਤਾਂ 'ਚ ਆਉਣਾ ਪਿਆ, ਜਿਹੜਾ ਉਸ ਜ਼ਮਾਨੇ ਦਾ ਬੰਦਾ ਔਰ ਜਾਣਦਾ ਹੈ ਉਸ ਜ਼ਮਾਨੇ ਦੇ ਸਾਰੇ ਬੰਦਿਆਂ ਨੂੰ। ਅਤੇ ਅੱਜ ਅਸੀਂ ਕਰਨੇ ਹਾਂ ਪਿੰਡ 73-4R ਬਾਰੇ ਗੱਲ, ਇਹਨਾਂ ਨਾਲ ਖੁੱਲ੍ਹ ਕੇ ਗੱਲਾਂ ਕਰਨੇ ਹਾਂ। ਇਹ ਨੇ ਬਾਬਾ ਜੀ ਅਨੈਤ। ਬਾਬਾ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ। ਉਮਰ ਕਿੰਨੀ ਹੋ ਗਈ ਆਪਣੀ? 90 ਦੇ ਨਜ਼ਦੀਕ ਹੋਏਗੀ, ਜਾਂ ਕੋਈ ਸਾਲ ਘੱਟ ਹੋਊਗੀ, ਜਾਂ ਇੱਥੇ ਜਾਂ ਵੱਧ ਹੋਊ। ਨਹੀਂ, ਵੱਧ ਤਾਂ ਨਹੀਂ ਹੋਈ, ਸ਼ਾਇਦ ਘੱਟ ਹੀ ਹੋਵੇ। ਅੱਛਾ, ਹਾਂ 90 ਪਹੁੰਚ ਗਿਆ, 90 ਸਾਲ ਪਹੁੰਚ। ਬੜੀ ਅੱਛੀ ਗੱਲ ਹੈ ਜੀ। ਅੱਲਾਹ ਤਾਲਾ ਤੁਹਾਡੀ ਸਿਹਤ ਹੋਰ ਸਲਾਮਤ ਰੱਖੇ ਅਤੇ ਤੁਸੀਂ ਸੈਂਚਰੀਆਂ ਮੁਕੰਮਲ ਕਰੋ। ਅੱਛਾ, ਇਹ ਦੱਸੋ ਵੀ 73-4R ਜਿਹੜਾ ਜਿਹੜਾ ਆਪਾਂ ਬੈਠੇ ਹਾਂ ਇੱਥੇ, ਹਾਂਜੀ, ਇੱਥੇ ਕਿਹੜੇ ਕਿਹੜੇ ਵੱਡੇ ਘਰ ਸੀ ਉਸ ਵੇਲੇ? ਅੱਛਾ, ਹੁਣ ਤੁਹਾਨੂੰ ਦੱਸਣਾ ਉੱਚੀ ਮਾੜਾ ਉੱਚੀ। ਵੱਡੇ ਘਰ ਸਾਜੇ ਇੱਥੇ ਕੀਰ ਸਿੰਘ ਨੰਬਰਦਾਰ। ਕੀਰ ਸਿੰਘ ਨੰਬਰਦਾਰ ਸੀ? ਹਾਂਜੀ, ਠੀਕ ਹੈ। ਇੱਕ ਵੱਡਾ ਘਰ ਸੀ ਸੁਬਦਰ ਸ਼ਾਮ ਸਿੰਘ ਪਰਲੀਬਾਈ, ਦਬਾਬੀਆ ਜ਼ਿਲ੍ਹੇ, ਉਹ ਹੁਸ਼ਿਆਰਪੁਰ ਦੇ ਸਨ। ਠੀਕ ਹੈ। ਅਤੇ ਕਿਉਂ, ਉਹਦੇ ਵੀ 8 ਪੁੱਤਰ ਸਨ, ਕੀਰ ਸਿੰਘ ਦੇ ਵੀ 8 ਪੁੱਤਰ ਸਨ। ਅੱਛਾ, ਹਾਂਜੀ, ਅਤੇ ਅਸੀਂ ਵੀ 8 ਸਾਂ, ਅਸੀਂ ਵੀ 8 ਹੀ ਭਰਾ ਸਾਂ। ਵਾਹ ਜੀ ਵਾਹ, ਵਾਹ ਜੀ ਵਾਹ। 4 ਸਾਲ ਦੇ ਪਿਓ ਨੂੰ ਚੌਧਰੀ ਜਾਂਦੇ, ਪੀ ਵੀ ਚੌਧਰੀ ਹੈ। ਤੁਹਾਡੇ ਪਿਓ ਦਾ ਨਾਂ ਕੀ ਸੀ? ਬੁੱਢਾ, ਉਹਦਾ ਨਾਂ ਐਵੇਂ ਦੇ ਸਨ ਜੀ। ਠੀਕ ਹੈ, ਠੀਕ ਠੀਕ ਹੈ। ਉਹਨਾਂ ਜਿਹੜੇ ਉਹ 8 ਪੁੱਤਰ ਸੀ ਕੇਰ ਸਿੰਘ ਦੇ ਜੀ, ਉਹਨਾਂ 'ਚੋਂ ਕਿੰਨਿਆਂ ਦੇ ਨਾਂ ਆਉਂਦੇ ਆ ਤੁਹਾਨੂੰ? ਬਾਗ ਸਿੰਘ ਇੱਕ, ਬਾਗ ਸਿੰਘ, ਬਾਗ ਸਿੰਘ, ਬਾਗ ਸਿੰਘ, ਹਾਂਜੀ ਬਾਗ ਸਿੰਘ, ਠੀਕ ਹੈ। ਅਤੇ ਉਹਦੀ ਛੋਟਾ ਸੀ ਕਾਲੀਆ, ਉਹਨੂੰ ਗੋਖੀ ਗੋਖੀ ਆਉਂਦੇ ਸਨ। ਠੀਕ ਹੈ। ਉਹਦੀ ਛੋਟਾ ਸੀ ਕੁੰਦਨ ਸਿੰਘ, ਕੁੰਦਨ ਸਿੰਘ, ਉਹ ਫੌਜੀ ਸਨ ਉਹ ਵੀ। ਅੱਛਾ, ਸਾ ਉਹਦੀ ਛੋਟਾ ਸੀ ਲਾਭ ਸਿੰਘ, ਠੀਕ ਹੈ। ਉਹਦੀ ਛੋਟਾ ਸੀ ਮੰਗਲ ਸਿੰਘ, ਮੰਗਲ ਸਿੰਘ, ਹਾਂਜੀ। ਅੱਛਾ, ਉਹਦੀ ਛੋਟਾ ਸੀ ਇੱਕ ਹੋਰ ਜਗੀਰ ਸਿੰਘ, ਉਹ ਇੱਧਰੋਂ ਹੀ ਉਹ ਗਿਆ, 12 ਜਮਾਤ ਪੜ੍ਹਿਆ, ਉਸ ਵੇਲੇ 12 ਜਮਾਤ ਦਾ ਬੰਦਾ ਇੱਥੋਂ ਪੜ੍ਹਿਆ ਨਹੀਂ ਸੀ ਲੱਭਦਾ। ਕੀ ਬਾਤ ਹੈ, ਜ਼ਬਰਦਸਤ ਸੀ, ਬੜੀ ਗੱਲ। ਇੱਕ ਸਾਡੀ ਮਸੀਹ ਲੋਕਲ ਸੀ, ਅਤੇ ਇਹ ਸਿਰਫ ਦੋਵੇਂ 12-12 ਜਮਾਤ ਦੇ ਪਾਸ ਹੋਏ, ਅਤੇ ਇੱਥੋਂ ਠੰਡਾ ਲੱਗ ਗਿਆ ਸੀ ਜਦੋਂ ਇੱਥੋਂ ਗਿਆ। ਅੱਛਾ ਅੱਛਾ, ਉਹ ਕੀ ਨਾਂ ਸੀ? ਮੈਂ ਨਾਂ ਫਿਰ ਦੱਸੋ। ਨਾਂ ਸੀ ਜਗੀਰ ਸਿੰਘ, ਜਾਗੀਰ ਸਿੰਘ, ਹਾਂਜੀ, ਉਹ ਵੀ ਕੇਰ ਸਿੰਘ ਦਾ ਪੁੱਤਰ ਸੀ। ਠੀਕ ਹੈ, ਹੋਰ ਉਹਦੇ ਪੁੱਤਰ ਕਿਹੜੇ ਸੀ? ਅੱਗੇ ਤੁਹਾਨੂੰ ਦੱਸੇ ਨਾ ਨਾ, ਇਹ ਸਾਰੇ ਪੂਰੇ ਹੋ ਗਏ? ਨਹੀਂ, ਅਜੇ ਤਾਂ ਪੂਰੇ ਨੇ। ਜਾਗੀਰ ਸਿੰਘ ਤੋਂ ਛੋਟਾ ਕਿਹੜਾ ਸੀ? ਸਾਰਿਆਂ ਛੋਟਾ ਹੋਏ ਸੀ, ਸਾਰਿਆਂ ਛੋਟਾ ਹੋਏ ਸੀ। ਸੂਬੇਦਾਰ ਸ਼ਾਮ ਸਿੰਘ ਦੇ ਕਿਹੜੇ ਕਿਹੜੇ ਪੁੱਤਰ ਸੀ? ਵੱਡਾ ਸੀ ਸਾਰਿਆਂ ਸੰਤੋਖ ਸਿੰਘ, ਸੰਤੋਖ ਸਿੰਘ, ਹਾਂਜੀ, ਉਹਦੇ ਛੋਟੇ ਬਲਵੰਤ ਸਿੰਘ, ਬਲਵੰਤ ਸਿੰਘ ਹੋ ਗਿਆ। ਉਹਦੀ ਛੋਟਾ ਸੀ ਲਸ਼ਕਰ ਸਿੰਘ, ਵਾਹ ਜੀ ਵਾਹ। ਉਹਦੂ ਛੋਟਾ ਸਹੀ ਛਾਂਗਾ, ਹਾਂ, ਉਹਦੂ ਛੋਟਾ ਸਹੀ ਕੇਰ ਸਿੰਘ। ਅੱਛਾ, ਉਹਦੇ ਨਾਮ ਕੇਰ ਸਿੰਘ ਸੀ, ਠੀਕ ਹੈ। ਉਹਦੂ ਛੋਟਾ ਸਹੀ ਮੰਨਾ, ਹਾਂ, ਉਹਦੂ ਛੋਟਾ ਸਹੀ ਕਰਤਾਰ, ਕਰਤਾਰ, ਠੀਕ ਹੈ। ਸਾਰਿਆਂ ਛੋਟਾ ਮੇਰੇ ਤਰ੍ਹਾਂ, ਉਹ ਸਾਰਿਆਂ ਤੋਂ ਛੋਟਾ ਸੀ, ਤੁਹਾਡੇ ਤਰ੍ਹਾਂ ਉਹ ਸਾਰਿਆਂ ਤੋਂ ਛੋਟਾ ਸੀ। ਅੱਛਾ, ਇਹ ਦੱਸੋ ਵੀ ਇਹ 2 ਘਰ ਤਾਂ ਇਹ ਹੋ ਗਏ ਜੀ, ਹਾਂ, ਇਸ ਤੋਂ ਇਲਾਵਾ ਕਿਹੜੇ ਘਰ ਸੀ ਇੱਥੇ? ਅੱਛਾ, ਅੱਗੇ ਆ ਜਾਓ ਹੁਣ, ਫਿਰ ਕੇਰ ਸਿੰਘ ਤਾਂ ਗਿਣਿਆ ਗਿਆ ਨਾ। ਹਾਂਜੀ, ਕੇਰ ਸਿੰਘ ਹੋਰ ਹੀ ਹੋ ਗਏ, ਟਾਂਗਾ ਜਿਹੜਾ ਚਲਾਉਂਦਾ ਸੀ ਨਾ, ਹੈ ਉਹ ਰਤਨ ਸਿੰਘ, ਉਹ ਹੀ ਸਾਜੇ ਰਤਨ ਸਿੰਘ। ਹਾਂਜੀ, ਰਤਨ ਸਿੰਘ ਦਾ ਪਿਓ ਦਾ ਨਾਂ ਕੀ ਸੀ? ਉਹਦਾ ਨਹੀਂ ਜੀ ਪਤਾ। ਅੱਛਾ, ਰਤਨ ਸਿੰਘ ਬਾਰੇ ਸਾਨੂੰ ਦੱਸੋ, ਕਿਉਂਕਿ ਸਾਨੂੰ ਫਰਮਾਇਸ਼ ਆਈ ਸੀ ਰਤਨ ਸਿੰਘ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ। ਰਤਨ ਸਿੰਘ ਟਾਂਗਾ ਕਿੱਥੋਂ ਲੈ ਕੇ ਕਿੱਥੋਂ ਤੱਕ ਚਲਾਉਂਦਾ ਹੁੰਦਾ ਸੀ? ਆਹੋ ਜੀ, ਇੱਥੇ ਯੂਸਫ ਵਾਲੇ ਚਲਾ ਗਿਆ, ਅਤੇ ਸ਼ਾਇਦ ਚਲਾ ਗਿਆ ਸਾਹੀਵਾਲ ਜਾਂਦਾ ਸੀ ਅਤੇ ਯੂਸਫ ਵਾਲੇ ਜਾਂਦਾ ਸੀ। ਯੂਸਫ ਵਾਲੇ ਵੀ ਕਦੇ ਕੋਈ ਲਾਭ ਗੱਲ ਨਹੀਂ ਸਵਾਰੀ, ਅਤੇ ਨਾਲੇ ਉਹ ਆਹ ਸ਼ੌਂਕ ਨਾਲ ਉਹਨੇ ਰੱਖਿਆ ਸੀ, ਕਿਹੜਾ ਉਹ ਕਿਰਾਏ
मुसलमान किने बड़े जवान कबड्डी तो नहीं खेलते कबड्डी नहीं पर जेड़ा चिराग सी ना उस दुनिया ते आंदा सी मेनू अज जेड़ी दुनिया ने चिड़िया दिसदी है ओए होए एड़ा जवान सी एड़ा गबरू जवान सी एड़ा बड़ा वड्डा जवान सी वी रोटियां खांदे सी हाय तेरी खैर हो जाए क्या बात है साडा भरा इक साथों वड्डा चौं तो नाल रहा पे इत्थे द्वान सिंह सिख दे नाल ओ मियां रोटी खवाउण लग पए ओनू उहने वी रोटियां खादियां पूरियां दो वी ओ खा गया वी ओ खा गया अगले दिन तुरिया एडी थई लाई साडा प्यो पुछदा चिराग कि रोटी खिला ला मेरी छोटे कर दे सन दो में अच्छा ये दो जेडे मुरब्बे च आपा बैठे हां ए बल्ला ए मैं खा ते आ मैं बक्तो ते आ देड़ी बंदी ए बाड़ा हुंदा सी जी रड़ी बिल्कुल रड़ी ओ भी रड़ी सी अड्डा ओ भी रड़ी रहंदा प्यार दंदा है पैर ओ सर गरीब रे अच्छा ते ना ना जे 5-7 किले वाले नी दूजी पई रहनी काश्त नहीं हुंदी सी काश्त नहीं सी अच्छा दो भरा का नाम की सी फिर दसो सानू एक दा नाम जोन सिंह जी ते छोटे दा नहीं मैनू पता जी छोटे दा नहीं पता सुंदर सिंह सुंदर सिंह ते माड़े सी जरा ए माड़े सा कद भी छोटे सी कद भी छोटे है ते रिजिक फजल लो माड़े सा अच्छा 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 दूजे घर सौखे सब तो खांदा पींदा घर केड़ा सी पिंड दा दसना तुहानू खांदा पींदा सा जे जी एडे दवान सिंह सिख हुंदा सिख दीवान सिंह दवान सिंह अच्छा ओ जमाने च इत्थे भाई लाल खत्री हुंदा सी भाई लाल खत्री हाँ ए उदो ए जदो रौला बनना इन्हां नूं कुछ शक पै गए बड़े सियासी सन ओ 8-8 हज़ार रुपया उदो जमा कराया के आए थे हिंदुस्तान दे विच अच्छा 8-10 हज़ार रुपया था इत्थे नहीं रहना ठीक है ते उदो उत्थे जमा कराया सी बैंक जाके ते उधर जाके लै लांगे चार मरबे नौकरी जद करो गवर्नमेंट कर लुटिया दो मरबे दिती है ना गवर्नमेंट ने जमीन नौकरी जद करे गवर्नमेंट घर दी करे बिल्कुल सही है मेरे ते दी नौकरी नहीं करनी चाहिए हां भी आ गया गवर्नमेंट ने नौकरी की थी देता दो में बे हां अगो दा पुत्र कई गलत ही नहीं जाते हां दसियो दसियो गल्ला वही तो सुननी है तेरे को ब्याह ओदा होया पहले पहले कीता जवानी वे किन्ने विशाखा सिंह ने विशाखा सिंह ने हां फौजी ते हकीम एडा सी दुनिया दे विच मैं ना हुन जमना ही कोनी जे
नबज फट के दस दिन फलाने दिन तू मर जाना एवे गल है जी है भी एवं जी अच्छा वो अच्छा हम पहले ये मैं चेता फिर मैं भूल जाना गल एडा सियाना साजे पांच दिन मबे मबा सी बहुत रहे ज्यादा ये मबा सी दो मबे खुली जमीन साढ़ा फिर दो मबे ने गुजारा हों ठीक है ये फिर असी ज्यादा बहुते सा माल बनी बहर बारे हों अच्छा ये आ सड़क तो लैके तो ओ सड़क जी सकराब नहीं जाती उतो तक थी कट्ठी जमीन एक ज्ञान सिंह हों जमीन ओदी अखा निकिया अच्छा ते जटी एडी जवान पुत्रा की पुछना बल्ले 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 आ जमीना पिछे साड़ी ती खाएगी ते मौज करेगी वो दो 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 मेरे भाई ओदी जमीन अच्छा हो रहा है भी को जी भी कोई नहीं ठीक है ते दो ही एडी सी हाँ अच्छा जगह हो गए ब्याह मियाँ मुड़के फिर ये चो एक दो पहले बच्चे तो मर जान कर अच्छा फिर जो दूसरा मुंडा होया था तीसरा हाँ वो सर फिर आप एडा कीमती जो दुनिया दुआ सी ना ओदी हकमंद उन्हें खुआई मुंडा नहीं बचता नहीं सी ठीक होया फिर वो चला गया मरबे आ गया तो मुंडा घर है सारा पिंड जा रहा भावता जी घर चलो तुहाडा बच्चा बड़ा तंग है उन्हें आखिर मैं नहीं जाना क्यों वह दुख वेख नहीं सकता बीमार हो गया मुंडा उन्हें कहा मैं नहीं जाना उन्हें आख्या लाने फलाने तरीक फलाना दिन हो गया इन्हें बारह बजे मर जाना जी वो जो मर गया तो फिर घर गया आपके पुत्र अच्छा इत एक मेघनी होंगी सी मेघा खड़िया उड़न वाले वो बीमार हो गई सद्या विशाखा सिंह ये ना ही विशाखा सिंह हौलदार ना हौलदार आने सारे फौजदार जो हवालदार हवालदार विशाखा सिंह हाँ जी नानक सिंह गया उस बंसो का सौरा आंदा हौलदार जी बंसो बड़ी बीमार है चला गया चला जाता हूँ हकीम जी बड़ा बड़ा ठीक है चला गया तो उन्हें नब्ज फट के उन्हें दस मिनट नब्ज फड़ी रखी ये साढ़े मेरी समाल दी गल जे ठीक है फड़ी रखी तो उन्हें आख्या नानक सिंह ने पंद्रह वसाख न मर जाना है पंद्रह वसाख न वाड़िया जो सिंध च गेतरी हो जाती सी इतने मगर होंगी सी ठीक है वो चले गए डरते सिंह जब भी मरने जाने तो अभी सिंध तुर जाने मरण तो बचन पर सिंध तुर सिंध तुर के उथे कणक कुणक वढ़ के आ गए जिदन इतने पंद्रह वसाख होया तो उन्हें चढ़िया माड़ा जहा बुखार वो एक जाने एक रुका लिख के देता सी हकीमे ने आ रुका लै लो तो याद रखियो वो तरीक लेके पंद्रह वसाख उदन आखिर नानक साहब की लिखे आखिर जी पंद्रह वसाख आ मर गई है ना बंसो मर गई जी ठीक बड़े सियाने बंदे सी उस वक्त दे हाँ जी बहुत सियाना सी बहुत सियाना सी खारी सारी हकीम नहीं इस तरह का कोई भी दुनिया जमना बिल्कुल इस तरह बिल्कुल इस तरह नब्ज वेख के जो दस दिन पिंड मर जाना बस गल कोई पिंड के बंद बारे दसो सू पिंड कि गल् दसियां ने होर पिंड माड़े सन दादू मेरे वह भी दस दिखा ने किड़े माड़े से हाँ ये माड़े सन बहुत गरीब ले सन इस अलावा किन्ने घर सन सिखा दे इतने टोटल टोटल चार घर की जमीन है जी चालिया घर की ना गिनाओ जी कोई ना याद ने तो सू अच्छा नाम लावा हाँ केर सिंह तो शुरू हो चलो हाँ केर सिंह चंडा सिंह ठीक है मेजा सिंह तेजा सिंह ठीक है ए लौड़ी ए सानी कालों कालों सन कालों जाट सन अच्छा अगे आ गए और दुबाबियों वाली पार्टी जा जो फिर अगे आ गया करपाल सिंह ठीक है अगे आ गया राम सिंह अगे आ गया लक्ष्मण सिंह अगे आ गया
ਹੋਰ ਕਿਹੜਾ ਸੀ, ਰਾਮ ਸਿੰਘ, ਕਾਸ਼ਾ, ਲਛਮਣ ਸਿੰਘ, ਸੁਖਦਰ ਸ਼ਾਮ ਸਿੰਘ, ਇੱਧਰ ਆ ਗਿਆ ਕਿਰਪਾਲ ਸਿੰਘ ਵੀ ਲਿਖ ਲਿਆ ਅੱਗੇ ਮੈਂ ਦੱਸ ਦਿੱਤਾ, ਰਲਾ ਸਿੰਘ, ਮਾਸਟਰ ਦਲੇਲ ਸਿੰਘ, ਦਲੇਲ ਸਿੰਘ, ਹਾਂਜੀ ਉਹਦਾ ਬਾਪ ਸੀ ਰਲਾ ਸਿੰਘ, ਰਲਾ ਸਿੰਘ ਉਹ ਵੀ ਉਹਨਾਂ ਉਹ ਜਾਮੂ ਵਾਲਾ ਮਰੱਬਾ ਜੇ, ਅੱਛਾ ਪਿੰਡ ਦੇ ਉਤਲੇ ਪਾਸੇ, ਹਾਂ ਅਤੇ ਅੱਗੇ ਆ ਜਾਓ ਬਖਸ਼ਾ ਸਿੰਘ ਇੱਕ ਉਹ ਸੀ ਮਾੜਾ ਘਰ, ਉਹ ਵੀ ਮਾੜਾ ਸੀ ਬਖਸ਼ਾ ਸਿੰਘ, ਹਾਂ ਸਿੱਖ ਸਰ ਨੱਥਾ ਸਿੰਘ ਉਹਦਾ ਭਰਾ ਸੀ, ਫਿਰ ਅੱਗੇ ਆ ਗਿਆ ਇੱਧਰ ਕਿਹੜਾ ਸੀ ਮੇਜਾ ਸਿੰਘ, ਮੇਜਾ ਸਿੰਘ ਦਾ ਵੱਡਾ ਭਰਾ ਸੀ ਇੱਕ ਤੇਜਾ ਸਿੰਘ, ਹਰਨਾਮ ਸਿੰਘ ਸੱਚ, ਹਰਨਾਮ ਸਿੰਘ, ਹਾਂ ਤੇਜਾ ਮੇਜਾ ਸਿੰਘ ਅਤੇ ਹਰਨਾਮ ਸਿੰਘ, ਇਹ ਸਨ ਦੋ ਭਰਾ, ਠੀਕ ਇਹ ਸਾਰੇ ਹੁਸ਼ਿਆਰਪੁਰੀਏ ਸਨ, ਇਹ ਦੂਸਰੇ ਨਹੀਂ, ਇਹ ਦੂਸਰੇ ਸ਼ੁਰੂ ਹੋ ਗਏ, ਇਹ ਦੂਸਰੇ ਹੋ ਗਏ, ਇਹ ਸਿਆਲਕੋਟੀਏ, ਇਹ ਸਿਆਲਕੋਟੀਏ, ਹਾਂਜੀ ਇਹ ਆਹ ਕੋਠੀ ਜਿਹੜੀ ਇਹ ਸਿਆਲਕੋਟੀਆਂ ਦੀ ਸੀ, ਅਤੇ ਉਹ ਜਿਹੜੀ ਬਾਈ ਸੀ ਪਰਲੀ ਉਹ ਸੀ ਹੁਸ਼ਿਆਰਪੁਰੀਆਂ ਦੀ, ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਸੀ, ਠੀਕ ਬਾਬੀ ਹੈ ਜਿਹੜੇ, ਇਹ ਜਿਹੜੀ ਲਹਿੰਦੀ ਕੋਟ ਸੀ ਇਹ ਲੋਰੀਆਂ ਦੀ ਸੀ, ਇਹ ਲੋਰੀਆਂ ਦੀ ਸੀ, ਆਹ ਨੰਬਰ ਦਾ ਦਿਆਲ ਸਿੰਘ ਉਹਦੇ ਵੀ ਚਾਰ ਮੈਂਬਰ ਸਨ, ਇਹ ਕਿਹੜਿਆਂ ਚੋਂ ਸੀ, ਲੋਰੀਆਂ ਚੋਂ, ਸਿਆਲਕੋਟੀਆਂ ਚੋਂ, ਇਹ ਲੋਰੀਆਂ ਚੋਂ, ਇਹ ਲੋਰੀਆਂ ਚੋਂ, ਇਹ ਲੋਰੀਆਂ ਦੀ ਗੁੱਠ ਸੀ, ਅੱਛਾ ਇਹਦੇ 'ਚ ਲੋਰੀਆਂ ਵਾਲੀ ਗੁੱਠ 'ਚ ਹੋਰ ਕਿਹੜੇ ਕਿਹੜੇ ਬੈਠੇ ਸੀ, ਉਹ ਸਰ ਇੱਕ ਹੋਰ ਸੀ ਕਿਹੜਾ ਸੀ ਉਹਦਾ ਨਾਮ ਮੈਨੂੰ ਭੁੱਲ ਗਿਆ, ਰਵਾ ਸਿੰਘ ਸੀ, ਖਿਆਲ ਭੁੱਲ ਗਿਆ, ਅੱਛਾ ਅੱਛਾ ਠੀਕ ਹੈ, ਉਹਦਾ ਸੀ ਇਹ ਜਿਹੜਾ ਨੰਬਰ ਦਾ ਦਿਆਲ ਸਿੰਘ ਸੀ ਨਾ, ਇਹਦੇ ਪਿਓ ਨਾਲ ਸੀ ਮੰਗਲ ਸਿੰਘ, ਠੀਕ ਹੈ, ਮੰਗਲ ਸਿੰਘ ਸੀ ਨਾ ਫੌਜੀ ਆਦਮੀ, ਅੱਛਾ ਉਹ ਵੀ ਫੌਜੀ ਸੀ, ਹਾਂ ਇਹ ਉਹ ਆਚਾਰ ਮੈਂਬਰ ਜਿਹੜਾ ਬਾਬਾ ਜੀ ਨਾ, ਹਾਂ ਕਿਹੜਾ ਉੱਧਰ ਉਹਦੇ ਮੈਂਬਰ, ਉਹਦੇ ਮੈਂਬਰ ਉੱਧਰ ਨੇ, ਹਾਂ ਪਹਿਲਾਂ ਉਹ ਮੇਲ ਘੋੜੀ ਵਾਲਾ, ਘੋੜੀਪਾਲ ਵਾਲਾ, ਘੋੜੀਪਾਲ, ਇਹ ਦਿਆਲ ਸਿੰਘ ਦਾ, ਹਾਂਜੀ ਦਿਆਲ ਸਿੰਘ ਦਾ, ਹਾਂ ਇਹ ਵੀ ਨੰਬਰਦਾਰ ਸੀ ਨਾ ਘੋੜੀਪਾਲ ਮੈਂਬਰ ਉਹਦਾ ਸੀ, ਠੀਕ ਹੈ ਠੀਕ, ਅਤੇ ਦੂਜੀ ਉਹਦੀ ਮਾਲਕ ਜਿਹੜੀ ਉਹ ਇੱਧਰ ਨੰਬਰਦਾਰੀ ਦਾ ਉਹ ਉੱਧਰ ਸੀ, ਜਿਹੜਾ ਹੁਣ ਅੱਜ ਖੁਨੇ ਕਿਹਦੇ ਕੋਲ ਜੇ ਆ ਹੁਣ ਦੇ ਦੌਰ 'ਚ ਲਿਆ ਮੈਂ ਕਿਹਦੇ ਕੋਲ ਉਹ ਨੰਬਰਦਾਰੀ ਦਾਦਾ ਮੈਂਬਰ ਉੱਧਰ ਲਾ, ਨਹੀਂ ਤੁਹਾਨੂੰ ਨਹੀਂ ਕਿਹਾ ਸੀ, ਹੈਂ ਨਿਆਜ਼ ਕੋਲ, ਹਾਂਜੀ ਹਾਂ ਸਰਦਾਰੇ ਨੰਬਰਦਾਰ ਦਾ ਪੁੱਤਰ, ਹਾਂ ਅੱਛਾ ਚਲੋ ਇਹ ਦੱਸੋ ਸਾਨੂੰ ਵੀ ਪਿੰਡ 'ਚ ਖੱਤਰੀਆਂ ਦੇ ਘਰ ਕਿੰਨੇ ਸੀ, ਖੱਤਰੀਆਂ ਦੇ ਇੱਥੇ ਇੱਕ ਘਰ ਖੱਤਰੀਆਂ ਦਾ, ਦੂਜੇ ਤਿੰਨ ਘਰ ਸਨ ਦੁਕਾਨਾਂ ਵਾਲੇ, ਉਹ ਬਾਹਮਣ ਸਨ, ਉਹਨਾਂ ਦਾ ਕੀ ਨਾਂ ਸੀ, ਇੱਕ ਦਿਨ ਇਹ ਗਣਪਤ, ਇੱਕ ਦੂਸਰੇ ਦਾ ਨਾਮ ਗਣਪਤ ਸੀ, ਉਹ ਵੀ ਆਪਸ ਵਿੱਚ ਸਨ, ਜਿਹੜਾ ਭਾਈ ਲਾਲ ਖੱਤਰੀ ਸੀ ਉਹਦਾ ਨਾਂ ਸੀ ਭਾਈ ਲਾਲ, ਠੀਕ ਖੱਤਰੀਆਂ ਚਾਰ ਦੁਕਾਨਾਂ ਹੁੰਦੀਆਂ ਪਿੰਡ ਦੇ ਵਿੱਚ, ਇਹ ਚੌਂਕਦਾਨ ਦਾ ਦਾਇਰਾ ਛੱਡਿਆ ਹੁੰਦਾ ਸੀ ਪਹਿਲਾਂ ਹੀ, ਹਕੂਮਤ ਨੇ ਛੱਡੀਆਂ ਸਨ, ਹੁਣ ਤਾਂ ਸਾਰੇ ਬਾਦ ਬੁਲ ਕੇ ਬਹਿ ਗਏ ਨੇ ਨਾ, ਖੂਹ ਹੁੰਦਾ ਸੀ, ਅਤੇ ਖੂਹ ਹੁੰਦਾ ਸੀ ਅਤੇ ਚੌਂਕ ਹੁੰਦਾ ਸੀ, ਚੌਂਕ ਦੇ ਵਿੱਚ ਸਿਰਫ ਦੁਕਾਨਾਂ ਹੀ ਸਨ, ਅੱਛਾ ਇੱਕ ਇੱਕ ਐਸ ਬਾਈ ਲਾਲ ਹੈ, ਇੱਕ ਐਸ ਗੋਟੇ ਲਾਲ ਹੈ, ਇੱਕ ਐਸ ਗੋਟੇ ਲਾਲ ਹੈ ਅਤੇ ਇੱਕ ਐਸ ਗੋਟੇ ਲਾਲ, ਚੌਂਕ ਦੇ ਵਿੱਚ ਪੂਰੀਆਂ ਦੁਕਾਨਾਂ ਸਨ, ਦੁਕਾਨਾਂ ਸਨ, ਹੋਰ ਨਹੀਂ ਸੀ, ਠੀਕ ਹੈ ਬਾਬਾ ਜੀ ਇਹ ਦੱਸੋ ਕੌਡੀ ਵੀ ਖੇਡਦਾ ਸੀ ਇੱਥੇ, ਕੋਈ ਕੌਡੀ ਦਾ ਪਲੇਅਰ ਹੈ, ਕੌਡੀ ਦਾ ਪਲੇਅਰ ਸਾਰਾ ਪਿੰਡ, ਸਾਡਾ ਪਿੰਡ ਹੀ ਪਲੇਅਰ ਸੀ, ਅੱਛਾ ਸਭ ਤੋਂ ਵਧੀਆ ਕੌਡੀ ਕਿਹੜਾ ਖੇਡਦਾ ਸੀ, ਸਿਰਫ ਜਿਹੜੇ ਚੀਚਾ ਵਧੀ ਸਿੱਖ ਸਨ ਨਾ, ਉਹ ਰੱਸਾ ਲੈ ਜਾਂਦੇ ਹੁੰਦੇ ਸਨ ਇਹਨਾਂ ਕੋਲੋਂ, ਅੱਛਾ ਸਾਡੇ ਐਡੇ ਐਡੇ ਮੋਟੇ ਸੰਡੇ, ਓ ਵਾਹ ਜੀ ਵਾਹ, ਬੜੇ ਜਵਾਨ, ਰੱਸਾ ਨਹੀਂ ਉਹਨਾਂ ਇਹਨਾਂ ਦਿੱਤਾ ਅਤੇ ਕੌਡੀ ਮਰਿਆ ਜੇਤਾ ਚੀਚਾ ਪਤਨੀ, ਸਾਡੇ ਪਿੰਡ ਚੀਚਾ ਪਤਨੀ ਦੇ ਸੀ, ਚੀਚਾ ਪਤਨੀ ਦੇ ਉਦੋਂ ਬੜੇ ਤਗੜੇ ਹੁੰਦੇ ਸੀ, ਤਗੜੇ ਸਨ ਸਿੱਖ, ਤਗੜੇ ਸਨ, ਠੀਕ ਹੈ, ਬੜੇ ਜਵਾਨ ਹੁੰਦੇ, ਇਹਨਾਂ 'ਚੋਂ ਕੌਡੀ ਚੰਗੀ ਕਿਹੜਾ ਖੇਡਦਾ ਸੀ, ਕੌਡੀ ਇੱਥੇ ਜੀ ਇਹ ਜਿਹੜੇ ਜਗੀਰ ਸਿੰਘ ਦੇ ਨਾ, ਆਹ ਜਿਹੜਾ ਇਸ ਨੰਬਰ ਦਾ ਦਿਨ ਦੱਸਿਆ ਛੋਟਾ ਸਾਰ, ਕੌਡੀ ਬੜੀ ਖੇਡਦਾ ਸੀ, ਸੋਹਣੀ ਸੋਹਣੀ, ਅਤੇ ਜਵਾਨ ਵੀ ਐਡਾ ਸੋਹਣਾ ਸੀ ਨਾ, ਜੀ ਕਰਦਾ ਉਹਨੂੰ ਵਹਿੰਦੇ ਰਹੀਏ, ਕਿਆ ਬਾਤ ਹੈ ਕਿਆ ਬਾਤ, ਨਾਂ ਕੀ ਸੀ ਬਾਬਾ ਹੁੰਦਾ, ਨਾਂ ਉਹਦਾ ਜਗੀਰ ਸਿੰਘ, ਜਾਗੀਰ ਸਿੰਘ, ਠੀਕ ਹੈ, ਅਤੇ ਕੌਡੀ ਚੰਗੀ ਖੇਡਦਾ ਸੀ, ਹਾਂ ਅਤੇ ਉਹਦੇ ਬਹਿਦੇ ਨਾਲ ਉਹ ਆਉਂਦਾ ਸੀ, ਬਾਂਹ ਨਹੀਂ ਫਾਇਦਾ ਆਉਂਦਾ ਜੀ, ਬਾਂਹ ਫਾਲੀ ਤੈਨੂੰ ਗੁੱਟ ਕਰ ਦੇਣਾ ਜੀ, ਉਹ ਤੁਹਾਡੀ ਖੈਰ ਤੁਹਾਡੀ, ਇੰਨਾ ਜ਼ੋਰਾਵਰ ਸੀ, ਇੰਨਾ ਜ਼ੋਰਾਵਰ ਸੀ, ਕੌਡੀ ਖੇਡਦਾ ਸੀ, ਮਿਲਣ ਤਾਂ ਦਿਲ ਕਰਦਾ ਉਹਨਾਂ ਚੋਂ ਮਿਲ ਜਾਏ ਤਾਂ, ਪਹਿਲੀ ਗੱਲ ਦੇ ਵਿੱਚ ਉਹਨਾਂ ਦਾ ਮੇਰਾ ਬੰਦਾ ਹਾਣੀ ਹੋਣਾ ਹੀ ਕੋਈ ਨਹੀਂ ਜੀ, ਹੋਣੀ ਜੀ ਹੈਣ ਬੜੇ ਹੈਗੇ, ਜੋ ਇੰਨੇ ਇੰਨੇ ਗੱਭਰੂ ਸੁਣੋ ਵੀ ਤਗੜੇ ਹੋਣਗੇ, ਜੇ ਤੁਸੀਂ ਹੈਗੇ ਤਾਂ ਉਹ ਵੀ ਹੋ ਸਕਦੇ, ਅਗਲੇ ਦਿਨ ਮੈਂ ਪੁੱਛਿਆ ਸੀ ਇੱਕ ਆਇਆ ਸੀ ਜਦੋਂ ਸਿੱਖ, ਮੈਂ ਕਿਹਾ ਵੀ ਕੇ ਸਿੰਘ ਦੇ ਪੁੱਤ, ਉਹਨਾਂ ਆਖਿਆ ਇੱਕ ਲਾਭ ਸਿੰਘ ਰਹਿ ਗਏ, ਦੂਜੇ ਸਾਰੇ ਮਰ ਗਏ ਜੀ, ਅੱਛਾ ਇੱਥੇ ਆਏ ਸੀ, ਆਇਆ ਸੀ ਸਿੱਖ ਉਹਨਾਂ ਦਾ ਪਤਾ, ਉਹਨੂੰ ਪੁੱਛਿਆ ਮੈਂ ਤੇਰੇ ਚਾਚਿਆਂ ਚੋਂ ਕਿੰਨਾ ਹੁਣ, ਅੱਛਾ ਜਦੋਂ ਪਿੰਡ 'ਚ ਆਏ ਨੇ, ਆਹੋ ਅਤੇ ਪਿੰਡ ਵਾਲਿਆਂ ਦਾ ਕੀ ਰਵੱਈਆ ਸੀ, ਐਸਾ ਲੈਣ, ਹਾਂ ਕੋਈ ਨਹੀਂ ਠੀਕ, ਉਹ ਤਾਂ ਬੜੀ ਮੁਹੱਬਤ ਕਰਦੇ ਸਨ, ਇਹ ਵੀ ਕਰਦੇ ਸਨ, ਅੱਛਾ ਮਿਲੇ ਸੀ ਸਾਰੇ ਪਿੰਡ ਵਾਲੇ, ਸਾਰੇ ਪਿੰਡ ਵਾਲੇ ਮਿਲੇ ਸੀ, ਇਕੱਠੇ ਹੋ ਗਏ ਸੀ, ਆਹ ਇਕੱਠੇ
ਹਾਜੀਆਂ ਦਾ ਤਾਂ ਥਾਂ ਖਲੋਣ ਨੂੰ ਥਾਂ ਨਹੀਂ ਸੀ ਲਾ ਉਧਰ ਸਗੋਂ ਮੇਰੇ ਬੋਝੇ 100 ਰੁਪਈਏ ਮੈਂ ਉਸ ਕੁੜੀ ਨੂੰ ਮੇਰਾ ਦਾਦਾ ਸੀ ਤੇ 100 ਰੁਪਈਆ ਦਿਆਂਗਾ ਬੋਝੇ ਤਾਂ ਮਾਰਿਆ 100 ਰੁਪਏ ਅੱਛਾ ਤੁਸੀਂ ਉਹ ਜਿਹੜੀ ਕੁੜੀ ਨਾਲ ਹਾਂ ਮੈਂ ਆਖਿਆ ਸਰ ਵੀ ਸਾਡੇ ਪਿੰਡ ਦੀ ਧੀ ਹੈ ਫਿਰ ਹਾਏ 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 ਕੀ ਬਾਤ ਮੈਂ ਆਖਿਆ ਇਹਨੂੰ ਪਿਆਰ ਦੇਣਾ 100 ਰੁਪਈਆ ਹਾਂ ਉਦੋਂ 16 ਸਾਲਾਂ ਦੇ ਜਦੋਂ ਇੱਥੋਂ ਗਈ ਉਹ ਜਿਹੜੀ ਕੁੜੀ ਇੱਥੇ ਆਈ ਸੀ ਯਾਨੀ ਹੁਣ ਤਾਂ ਮਾਈ ਹੋਣੀ ਉਹ ਫੁੰਡੀ ਆ ਮੈਂ ਵੀ ਛੋਟੀ ਨੇ ਉਹ ਵੀ ਛੋਟੀ ਅੱਛਾ ਉਦੋਂ 16 ਹੈ ਭਾਗ ਵੀ ਦੱਸਿਆ ਸੀ ਖਰੇ ਹੈ ਕੀ ਭਾਗ ਵੀ ਵੀ ਚਲਾਉਗਾ ਖਰੇ ਨਹੀਂ ਹੁਣ ਕੀ ਪੈਣੇ ਆ ਮੈਂ ਖਿਆਲ ਮੈਂ ਜਿਹੜੀ ਗੱਲ ਹੋਈ ਮੈਂ ਉਹ ਨਹੀਂ ਕਰਨੀ ਅੱਛਾ ਜਦੋਂ ਫਿਰ ਇੱਥੇ ਮਿਲਣ ਆਇਆ ਪਿੰਡ ਆਪਣਾ ਵੇਖਣ ਆਇਆ ਤੇ ਲੋਕਾਂ ਨੇ ਬੜਾ ਉਹਨਾਂ ਨੂੰ ਬੱਲੇ 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 ਵੈਲਕਮ ਕੀਤਾ ਥੋੜਾ ਆ ਗਿਆ ਥਾਂ ਬੰਦਾ ਖਲੋਣ ਨੂੰ ਥਾਂ ਨਹੀਂ ਲੱਭ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਆਹੋ ਜੀ ਫਿਰ ਆ ਹੀ ਜਾਣਾ ਨਾ ਵੀ ਨਵੇਂ ਆਏ ਨੇ ਹਿੰਦੁਸਤਾਨ ਤੇ ਆਏ ਨੇ ਹਿੰਦੁਸਤਾਨ ਵੇਖਣ ਵਾਲੇ ਸਹੀ ਤੇ ਉਹ ਕੁੜੀ ਦੱਸਦੀ ਸੀ ਕਿ ਮੈਂ ਜਿੱਦਣ ਜੀ ਇੱਥੋਂ ਗਈ ਸਾਂ ਮੈਂ ਉਦੋਂ 16 ਸਾਲ ਦੀ ਸੀ ਅੱਛਾ ਉਹ ਫਿਰ ਉਹਨੇ ਆਖਿਆ ਸਾਡਾ ਤੇ ਦਾਦਾ ਸਾਨੂੰ ਘਰੋਂ ਬਾਹਰ ਨਹੀਂ ਸੀ ਨਿਕਲ ਦਿੰਦਾ ਹੁੰਦਾ ਖਾਨਦਾਨ ਹੈ ਨੰਬਰਦਾਰ ਦੀ ਪੋਤਰੀ ਆ ਨੰਬਰਦਾਰ ਦੀ ਧੀ ਕਿਹੜੀ ਨੰਬਰਦਾਰ ਦੀ ਪੋਤਰੀ ਸੀ ਆ ਕੇਰ ਸਿੰਘ ਦੀ ਕੇਰ ਸਿੰਘ ਦੀ ਪੋਤਰੀ ਸੀ ਸਾਡਾ ਵੱਡਾ ਘਰ ਇਹੋ ਸੀ ਕੇਰ ਸਿੰਘ ਓਏ ਅੱਜ 70-80 ਸਾਲ ਵੀ ਬੜੇ ਹੁੰਦੇ ਨੇ ਪੁੱਤ ਚੇਤਾ ਆ ਤੇ ਮੈਂ ਤੁਹਾਨੂੰ ਇਹਨੇ ਬਰਬੇ ਦੱਸੀ ਜੇ ਨਾ ਜਵਨ ਸਿੰਘ ਦੇ ਜੀ ਹੌਲਦਾਰ ਸਾਖਾ ਸਿੰਘ ਦਾ ਜੀ ਉਹ ਸੁਰੈਣ ਸਿੰਘ ਦਾ ਜੀ ਆ ਗਿਆ ਕੇਰ ਸਿੰਘ ਦਾ ਪੱਲਾ ਝੰਡਾ ਹੈ ਇਹਦਾ ਉਹਨੂੰ ਪੱਲਾ ਦਿਆਲ ਸਿੰਘ ਦਾ ਉਹਨੂੰ ਆ ਦੋ ਬਰਬੇ ਜਵਨ ਸਿੰਘ ਦੇ ਸਾਡੀ ਮੁਹਬਤ ਸੀ ਬੇਲੀ ਮੇਰਾ ਸੀ ਇੱਕ ਡੋਗਰਾ ਉਹਦਾ ਨਾਂ ਸੀ ਦੂਲਾ ਰਾਮ ਉਹਨੇ ਮੈਨੂੰ 2 ਵਾਰੀ ਖਤ ਵੀ ਪਾਇਆ ਉਧਰੋਂ ਉਹ ਕਿੱਥੇ ਰਹਿੰਦੇ ਨੇ ਉਹ ਸਾਨੀ ਹੁਸ਼ਿਆਰਪੁਰ ਚਲੇ ਗਏ ਹੁਸ਼ਿਆਰਪੁਰ ਚਲੇ ਗਏ ਸੀ ਜਦੋਂ ਖਤ ਉਹਦੇ ਆਏ ਨੇ ਨਾ ਉਦੋਂ ਹੁਸ਼ਿਆਰਪੁਰ ਆਇਆ ਸੀ ਇਹ ਪਿੰਡ ਸੀ ਉਹਨਾਂ ਦਾ ਟੇਰ ਕੇ ਆਉਣਾ ਤੇ ਜ਼ਿਲ੍ਹਾ ਸਹੀ ਉਹਨਾਂ ਦਾ ਕਿਹੜਾ ਹੁਸ਼ਿਆਰਪੁਰ ਨਾ ਤਹਿਸੀਲ ਦਸੂਆ ਮੁਕੇਰੀਆਂ ਅੱਛਾ ਦਸੂਆ ਦਸੂਆ ਤਹਿਸੀਲ ਆ ਫਿਰ ਠੀਕ ਹੈ ਉਹ ਦਸੂਏ ਦੀ ਕਹਿੰਦੇ ਜੀ।